ਪੰਜਾਬ ਪ੍ਰਦੇਸ਼ ਦਾ ਦੁਆਬਾ ਖੇਤਰ NRI ਬੈਲਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ। 50% ਪੰਜਾਬੀ ਲੋਕ ਵਿਦੇਸ਼ੀ ਧਰਤੀ 'ਤੇ ਰੋਜ਼ਗਾਰ ਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਅਤੇ ਦੂਸਰੀ ਤਰਫ ਪ੍ਰਦੇਸ਼ 'ਚ ਪੜ੍ਹੇ ਲਿਖੇ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਮਾਰ ਝੇਲਣ ਦੇ ਕਾਰਨ ਅੱਛੇ ਭਵਿੱਖ 'ਤੇ ਰੋਜ਼ਗਾਰ ਦੀ ਤਲਾਸ਼ ਦੇ ਲਈ ਵਿਦੇਸ਼ਾਂ ਦਾ ਰੁੱਖ ਅਖਤਿਆਰ ਕਰਨ ਦੀ ਦੌੜ 'ਚ ਆਪਣੇ ਪਰਿਵਾਰ ਦੀ ਉਮਰ ਭਰ ਦੀ ਜਮ੍ਹਾਂ ਰਾਸ਼ੀ ਤੱਕ ਦਾਵ 'ਤੇ ਲਗਾ ਕੇ ਠੱਗ ਟਰੈਵਲਸ ਏਜੰਟਾਂ ਦੇ ਹੱਥੋਂ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਆਪਣੀ ਅਨਮੋਲ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ। ਮੈਂ ਬੜੀ ਦੇਰ ਤੋਂ ਇੱਕ ਮੁਹਿੰਮ ਚਲਾ ਰਿਹਾ ਹਾਂ ਜਿਹਦੇ ਵਿੱਚ ਮੈਂ ਪਰਸਨਲ ਲੈਵਲ 'ਤੇ ਅਤੇ ਇੱਕ ਸਾਡੀ ਐਸੋਸੀਏਸ਼ਨ ਦੇ ਲੈਵਲ 'ਤੇ ਅਸੀਂ ਇਸ ਚੀਜ਼ ਨੂੰ ਵੱਡੇ ਪੱਧਰ 'ਤੇ ਲੈ ਕੇ ਚੱਲਦੇ ਹਾਂ ਜਿਹਦੇ ਵਿੱਚ ਪੰਜਾਬ ਬਚਾਓ। ਪੰਜਾਬ ਬਚਾਓ ਇਟ ਮੀਨਸ ਕਿ ਜਿਹੜਾ ਨੌਜਵਾਨ ਅੱਜ ਗਲਤ ਹੱਥੇ ਚੜ੍ਹ ਕੇ ਵਿਦੇਸ਼ ਦੇ ਵਿੱਚ ਜਾ ਰਿਹਾ ਆ ਉਹ ਉਸ ਏਜੰਟ ਦੇ ਹੱਥ ਚੜ੍ਹਦਾ ਆ। ਤੁਸੀਂ ਅਖਬਾਰਾਂ ਦੇ ਵਿੱਚ ਦੇਖਦੇ ਹੋ, ਟੀ ਵੀ ਨਿਊਜ਼ ਦੇ ਉੱਤੇ ਦੇਖਦੇ ਹੋ, ਨਿਊਜ਼ ਚੈਨਲਾਂ ਦੇ ਉੱਤੇ ਦੇਖਦੇ ਹੋ ਕਿ ਕਿਸੇ ਬੱਚੇ ਦੇ ਨਾਲ 10 ਲੱਖ ਦੀ ਧੋਖਾਧੜੀ, ਕਿਸੇ ਨਾਲ 2 ਲੱਖ ਦੀ ਧੋਖਾਧੜੀ, ਕਿਸੇ ਨਾਲ 20 ਲੱਖ ਰੁਪਏ ਦੀ ਠੱਗੀ। ਸੋ ਇਹ ਸਾਰੀਆਂ ਚੀਜ਼ਾਂ ਅੱਜ ਦੀ ਡੇਟ ਵਿੱਚ ਉੱਥੇ ਹੋ ਰਹੀਆਂ ਨੇ ਜਿੱਥੇ ਲਾਇਸੈਂਸਿੰਗ ਨਹੀਂ ਹੈਗੀ। ਸੋ ਮੈਂ ਆਫ ਦਾ ਕੈਮਰਾ ਵੀ ਤੁਹਾਡੇ ਨਾਲ ਜਿਵੇਂ ਕਿ ਗੱਲ ਕੀਤੀ ਸੀ ਕਿ ਮੈਂ ਬੜੀ ਦੇਰ ਤੋਂ ਇੱਕ ਚੀਜ਼ ਨੂੰ ਲੈ ਕੇ ਮਾਇੰਡ ਦੇ ਵਿੱਚ ਚੱਲਦਾ ਹਾਂ ਕਿ ਅੱਜ ਲਾਇਸੈਂਸ ਨੂੰ ਅਗਰ ਲੈ ਕੇ ਅਸੀਂ ਚੱਲੀਏ, ਮੈਨੂੰ ਸਨ 2007 ਤੋਂ ਕੰਮ ਕਰਦੇ ਇਸ ਫੀਲਡ ਦੇ ਵਿੱਚ ਟਾਈਮ ਹੋ ਗਿਆ ਆ, 10 ਸਾਲ ਦਾ ਤਜਰਬਾ ਹੋ ਗਿਆ। 2014 ਦੇ ਵਿੱਚ 2012 ਦੇ ਵਿੱਚ ਰੂਲ ਬਣਿਆ ਸੀ, ਲਾਇਸੈਂਸਿੰਗ ਆਈ ਸੀ, ਲਾਂਚ ਹੋਈ ਸੀ, ਪੰਜਾਬ ਸਰਕਾਰ ਨੇ ਕੀਤੀ ਸੀ। 2014 ਤੱਕ ਇਹਦੀਆਂ ਅਮੈਂਡਮੈਂਟਸ ਹੋ ਕੇ ਲਾਇਸੈਂਸ ਅਪਲਾਈ ਹੋਏ। 2015 ਸਟਾਰਟਿੰਗ ਦੇ ਵਿੱਚ ਲਾਇਸੈਂਸ ਮਿਲਣੇ ਸ਼ੁਰੂ ਹੋ ਗਏ ਸੀ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ। ਜ਼ਿਲ੍ਹੇ ਵਿੱਚ ਜੋ ਹੈ ਟੋਟਲ 118 ਐਪਲੀਕੇਸ਼ਨ ਜੋ ਟਰੈਵਲ ਏਜੰਟ ਉਹਨੇ ਜੋ ਹੈ ਅਪਲਾਈ ਕੀਤੀ ਹੋਈ ਹੈ, ਜਿਹਦੇ ਵਿੱਚ ਜੋ ਹੈ 71 ਦੇ ਕਰੀਬ ਜੋ ਹੈ ਲਾਇਸੈਂਸ ਇਸ਼ੂ ਹੋ ਚੁੱਕੇ ਹੈ, 47 ਜੋ ਹੈ ਇਨ ਪ੍ਰੋਸੈਸ ਹੈ, ਜਿਹਦੇ ਵਿੱਚ ਵੱਖ ਵੱਖ ਜੋ ਹੈ ਮਹਿਕਮੇ ਤੋਂ ਰਿਪੋਰਟ ਆਉਣ ਦੇ ਬਾਅਦ ਜੋ ਹੈ ਸਾਰੀ ਫਾਰਮੈਲਿਟੀ ਪੂਰਨ ਹੋਣ ਤੋਂ ਉਪਰੰਤ ਜੋ ਹੈ ਉਹਨਾਂ ਨੂੰ ਵੀ ਲਾਇਸੈਂਸ ਜਾਰੀ ਕੀਤੇ ਜਾਵਾਂਗੇ। ਸਰ, ਜ਼ਿਆਦਾਤਰ ਇਹ ਵੀ ਦੇਖਣ ਆ ਰਿਹਾ ਤਾਂ ਕਿ ਜਿਹੜੇ ਕਿ ਨਵੇਂ ਸੈਂਟਰ ਇਮੀਗ੍ਰੇਸ਼ਨ ਸੈਂਟਰ ਖੋਲ੍ਹਦੇ ਆ, ਕਪੂਰਥਲਾ ਤੋਂ ਸਾਜਨ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।